ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਨ ਜੀ ਆਨੂੰ ਜਲੰਧਰ ਵਾਸੀਆਂ ਲਈ ਆਈ ਵੱਡੀ ਖਬਰ ਸੁਣ ਲੋਕਾਂ 'ਚ ਸ਼ਾਈ ਖੁਸ਼ੀ ਦੀ ਲਹਿਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਦੇ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਹੁਣ ਗੱਲ ਕੀਤੀ ਜਾਵੇ ਜਲੰਧਰ ਦੇ ਨਗਰ ਨਿਗਮ ਜੀ ਜਲੰਧਰ ਦੇ ਨਗਰ ਨਿਗਮ ਵਿੱਚ ਹੁਣ ਵਧ ਗਰਮੀ ਦੇ ਸੀਜ਼ਨ ਨੂੰ ਇੱਕ ਦਿਨ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਬਾਬਾ ਜਾਣਕਾਰੀ ਦਿੰਦੇ ਹਨ ਨਗਰ ਨਿਗਮ ਅਧਿਕਾਰງານ ਦੱਸੇ ਕਿ ਅਰੂ ਸਵੇਰੇ ਅਤੇ ਸ਼ਾਮ 5 ਤੋਂ 9 ਵੇ ਤੱਕ ਪਾਣੀ ਦੀ ਸਪਲਾਈ ਹੋਏਗੀ ਇਸ ਤੋਂ ਇਲਾਵਾ ਦੁਪਹਿਰ ਦੇ ਕੰਢੇ ਪਾਣੀ ਆਇਆ ਕਰੇਗਾ ਜ਼ਿਕਰ ਜੋਗਾ ਹੈ ਕਿ ਗਰੋਕਾ ਦੀ ਮੰਗ ਤੇ ਸ਼ਹਿਰ ਦੇ ਲੋਕ ਕੁਝ ਕਾਂਗਰਸੀ ਕੌਂਸਲਰਾਂ ਨੇ ਸਬਾਬਤ ਮੰਗ ਪੱਤਰ ਮੇਅਰ ਨੂੰ ਸੌਂਪਿਆ ਜਿਸਾਂ ਜਿਨ੍ਹਾਂ ਨੇ ਕਮਿਸ਼ਨਰ ਨੂੰ ਫਾਰਵਰਡ ਕਰ ਦਿੱਤਾ ਸੀ ਅਤੇ ਕਮਿਸ਼ਨਰ ਨੇ ਦੁਪਹਿਰ ਸਮੇਂ ਪਾਣੀ ਸਪਲਾਈ ਦੇ ਨਿਰਦੇਸ਼ ਜਾਰੀ ਕੀਤੇ ਸਨ ਜਿਸ ਦੇ ਚਲਦੇ ਹੁਣ ਜਲੰਧਰ ਵਾਸੀਆਂ 'ਚ ਖਾफी ਖੁਸ਼ੀ ਹੈ ਕਿਉਂਕਿ ਉਹ ਦੁਪਹਿਰ ਸਮੇਂ ਉਹਨਾਂ ਦੇ ਘਰ ਵਿੱਚ ਹੀ ਪਾਣੀ ਦੀ ਸਪਲਾਈ ਹੋਵੇਗੀ ਜਿਸ ਕਾਰਨ ਉਹ ਆਪਣੇ ਘਰ ਦੇ ਬਹੁਤ ਸਾਰੇ ਕੰਮ ਕਰ ਸਕਣਗੇ ਜੇਕਰ ਜੋ ਇੱਕ ਪਾਸੇ ਲਗਾਤਾਰ ਗਰਮੀ ਵਾਦ ਰਹੀ ਦੂਜੇ ਪਾਸੇ ਆਮ ਲੋਕ ਵੀ ਇਸ ਗਰਮੀ ਕਾਰਨ ਪਰੇਸ਼ਾਨ ਹੋ ਰਹੇ ਨਹੀਂ ਪਰ ਜਲੰਧਰ ਨਗਰ ਨਿਗਮ ਵੱਲੋਂ ਜਲੰਧਰ ਵਾਸੀਆਂ ਨੂੰ ਤੋਹਫਾ ਦਿੱਤਾ ਗਿਆ ਉਸ ਦੇ ਚਲਦੇ ਹੁਣ ਜਲੰਧਰ ਦੇ ਲੋਕਾਂ ਨੂੰ ਇਸ ਗਰਮੀ ਦੇ ਮੌਸਮ 'ਚ ਕੁਜਰਾਹਤ ਮਿਲੇਗੀ ਖਬਰਾਂ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ